ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੀਆਂ ਨਿਸ਼ਾਨੀਆਂ, ਉਹਨਾਂ ਦੇ ਚਰਨਾਂ ਦਾ ਜੋੜਾ। ਇੱਥੇ ਗੁਰੂ ਗੋਬਿੰਦ ਸਿੰਘ ਜੀ ਰਾਣੀ ਵਿਸ਼ੰਬਰਾ ਦੀ ਗੋਦ ਦੇ ਵਿੱਚ ਬੈਠੇ ਸੀ। ਸਵੇਰੇ 7:30 ਵਜੇ ਇੱਥੇ ਪੂੜੀਆਂ ਛੋਲੇ ਦੇ ਪ੍ਰਸ਼ਾਦ ਦੀ ਮਾਨਤਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਯਾਤਰਾ ਸ਼੍ਰੀ ਧੋਬੜੀ ਸਾਹਿਬ ਤੇ ਆਏ ਹੋਏ ਆ ਤੇ ਅੱਜ ਸਾਡਾ ਇੱਥੇ ਚੌਥਾ ਦਿਨ ਹੈ ਤੇ ਅਸੀਂ ਖੜੇ ਹਾਂ ਜੀ ਪਟਨਾ ਸਾਹਿਬ ਗੁਰਦੁਆਰੇ, ਬਾਲੀਲਾ ਸਾਹਿਬ ਗੁਰਦੁਆਰੇ ਤੇ ਇੱਥੇ ਅਸੀਂ ਹੁਣ ਚਾਹ ਪ੍ਰਸ਼ਾਦਾ ਛਕਦੇ ਹਾਂ। ਸਵੇਰ ਦੇ 7:30 ਵੱਜ ਚੁੱਕੇ ਆ ਤੇ ਫਿਰ ਆਪਾਂ ਕਰਦੇ ਹਾਂ ਜੀ ਦਰਸ਼ਨ ਤੇ ਤੁਹਾਨੂੰ ਵੀ ਕਰਾਉਂਦੇ ਹਾਂ। ਅਸੀਂ ਸੁਣਿਆ ਕਿ ਇੱਥੇ ਜਿਹੜਾ ਸਵੇਰੇ ਹੈ, ਸਵੇਰ ਦੀ ਅਰਦਾਸ ਤੋਂ ਬਾਅਦ ਪੂੜੀਆਂ ਛੋਲੇ ਦਾ ਪ੍ਰਸ਼ਾਦ ਮਿਲਦਾ ਤੇ ਤੁਹਾਨੂੰ ਦਿਖਾਉਂਦੇ ਹਾਂ ਪ੍ਰਸ਼ਾਦ ਵੀ ਤੇ ਜੁੜੇ ਰਹੋ ਸਾਡੇ ਵਲੌਗ ਦੇ ਵਿੱਚ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ। ਇੱਧਰ ਸਾਹਮਣੇ ਹੀ ਜੋੜਾ ਘਰ ਬਣਿਆ ਹੋਇਆ ਗੁਰਦੁਆਰੇ ਦੇ ਵਿੱਚ ਐਂਟਰ ਕਰਦੇ ਹਾਂ ਤੇ ਆਪਾਂ ਲੰਗਰ ਹਾਲ ਵੱਲ ਚੱਲਦੇ ਹਾਂ। ਇੱਧਰੋਂ ਲੰਗਰ ਹਾਲ ਦੀ ਐਂਟਰੀ ਹੈ ਤੇ ਆਪਾਂ ਦੇਖਦੇ ਹਾਂ ਕਿ ਸਵੇਰੇ ਚਾਹ ਨਾਲ ਕੀ ਹੈ ਜੀ, ਚਾਹ ਛਕਦੇ ਹਾਂ ਤੇ ਫਿਰ ਆਪਾਂ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ ਅੰਦਰ। ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ, ਗੁਰਦੁਆਰਾ ਬਾਲੀਲਾ ਸਾਹਿਬ। ਸਾਰੀ ਸੰਗਤ ਬੜੇ ਪ੍ਰੇਮ ਪਿਆਰ ਨਾਲ ਲੰਗਰ ਛਕ ਰਹੀ ਹੈ ਤੇ ਇੱਥੇ ਸਾਰਾ ਲੰਗਰ ਵੀ ਹੈ ਨਾਲ, ਇੱਧਰ ਹਲਕੀ ਹੋਈ ਇਹਨਾਂ ਨੇ ਚਾਹ ਵਾਲੀ ਕੇਤਲੀ। ਜਿਹੜੇ ਚਾਹ ਦਾ ਲੰਗਰ ਛਕਦੇ ਆ ਉਹ ਇਸ ਪੰਗਤ ਵਿੱਚ ਬੈਠ ਕੇ ਛਕਦੇ ਆ। ਆਹ ਚਾਹ ਦੀ ਪੰਗਤ ਹੈ ਜੀ ਤੇ ਉੱਧਰ ਦੂਸਰੇ ਰੱਸੀ ਤੋਂ ਪਰਲੀ ਸਾਈਡ ਦੂਸਰੀ ਸਾਈਡ ਜਿਹੜੀ ਪ੍ਰਸ਼ਾਦਾ ਵਗੈਰਾ ਛਕਦੀ ਹੈ ਪ੍ਰਸ਼ਾਦਾ ਤੋਂ। ਤੇ ਸਾਡੇ ਵੀ ਚਾਹ ਦੇ ਨਾਲ ਸਨੈਕਸ ਜਿਹੜੇ ਤਿਆਰ ਨੇ ਜੀ, ਇਹ ਆਪਾਂ ਛਕਦੇ ਹਾਂ ਤੇ ਬਹੁਤ ਹੀ ਜ਼ਿਆਦਾ ਸਵਾਦ ਨੇ। ਤੇ ਵਿੱਚ ਤੁਸੀਂ ਦੇਖ ਸਕਦੇ ਹੋ ਗਾਜਰ ਵੀ ਪਾਈ ਹੋਈ ਹੈ ਤੇ ਨਾਲ ਸੌਸ ਵੀ ਹੈ। ਹਰਿਆਲੀ ਦਾ ਵੀ ਖਾਸ ਧਿਆਨ ਰੱਖਿਆ ਗਿਆ, ਦੇਖੋ ਗਮਲੇ ਕਿੰਨੇ ਡਿਸਿਪਲਿਨ ਮੈਨਰ ਦੇ ਵਿੱਚ ਇੱਥੇ ਜਿਹੜੇ ਆ ਲਗਾਏ ਗਏ ਹੈ ਤੇ ਬਹੁਤ ਹੀ ਸੁੰਦਰ ਲੱਗ ਰਿਹਾ ਇੱਥੇ, ਬਹੁਤ ਹੀ ਖੂਬਸੂਰਤ। ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ ਦਰਬਾਰ ਸਾਹਿਬ ਦੇ, ਬਹੁਤ ਹੀ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਬਾਹਰਲਾ ਵਿਊ ਵੀ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਤੁਹਾਨੂੰ ਇਤਿਹਾਸ ਵੀ ਦੱਸਦੇ ਹਾਂ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇਸ ਜਗ੍ਹਾ ਤੇ ਇੱਕ ਰਾਜਾ ਦਾ ਮਹਿਲ ਹੁੰਦਾ ਸੀ, ਰਾਜਾ ਫਤਿਹ ਚੰਦ ਮੈਣੀ ਜੀ ਦਾ, ਤੇ ਉਹਨਾਂ ਦੀ ਇੱਕ ਰਾਣੀ ਸੀ ਰਾਣੀ ਵਿਸ਼ੰਬਰਾ ਦੇਵੀ। ਉਸਦੇ ਕੋਲ ਕੋਈ ਔਲਾਦ ਨਹੀਂ ਸੀ ਤੇ ਉਹਦੀ ਇੱਛਾ ਸੀ ਕਿ ਉਹਨਾਂ ਦੇ ਕੋਲ ਔਲਾਦ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਜਾਣੀ ਜਾਣ ਬਚਪਨ ਚ ਉਹ ਇੱਥੇ ਖੇਡਣ ਆ ਜਾਂਦੇ ਸੀ ਰਾਜਾ ਦੇ ਮਹਿਲ ਦੇ ਵਿੱਚ ਤੇ ਇੱਕ ਦਿਨ ਉਹ ਰਾਣੀ ਦੀ ਗੋਦ ਦੇ ਵਿੱਚ ਆ ਕੇ ਬੈਠ ਗਏ। ਉਹ ਕਮਰਾ ਵੀ ਤੁਹਾਨੂੰ ਦਿਖਾਉਂਦੇ ਹਾਂ ਰਾਣੀ ਵਿਸ਼ੰਬਰਾ ਦੇਵੀ ਦਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀ ਗੋਦ ਦੇ ਵਿੱਚ ਆ ਕੇ। ਤੇ ਇੱਥੇ ਉਹਨਾਂ ਨੇ ਮੰਗ ਕੀਤੀ ਰਾਣੀ ਤੋਂ ਗੋਦ ਦੇ ਵਿੱਚ ਬੈਠ ਕੇ ਪੂੜੀਆਂ ਘੁੰਗਨੀਆਂ ਤੇ ਦੇਗ ਦੀ, ਤੇ ਇਸੇ ਕਰਕੇ ਪਰੰਪਰਾ ਇੱਥੇ ਸਵੇਰੇ 7:30 ਵਜੇ ਅਰਦਾਸ ਤੋਂ ਬਾਅਦ ਪੂੜੀਆਂ ਛੋਲੇ ਦਾ ਪ੍ਰਸ਼ਾਦ ਜਿਹੜਾ ਵਰਤਾਇਆ ਜਾਂਦਾ ਹੈ ਤੇ ਸਾਰੀ ਸੰਗਤ ਬੜੇ ਪ੍ਰੇਮ ਪਿਆਰ ਨਾਲ ਪੂੜੀਆਂ ਘੁੰਗਨੀਆਂ ਤੇ ਦੇਗ ਦਾ ਪ੍ਰਸ਼ਾਦ ਛਕਦੀ ਹੈ। ਤੇ ਨਾਲ ਹੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਰਾਣੀ ਵਿਸ਼ੰਬਰਾ ਦੇਵੀ ਦਾ ਕਮਰਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ, ਰਾਣੀ ਵਿਸ਼ੰਬਰਾ ਦੇਵੀ ਦਾ ਕਮਰਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਉਸ ਰਾਣੀ ਦੀ ਗੋਦ ਦੇ ਵਿੱਚ ਆ ਕੇ ਬੈਠੇ ਸੀ। ਤੇ ਰਾਣੀ ਵਿਸ਼ੰਬਰਾ ਦੇਵੀ ਨੇ ਕਿਹਾ ਸੀ ਕਿ ਮੈਂ ਚਾਹੁੰਦੀ ਹਾਂ ਕਿ ਮੇਰਾ ਵੀ ਤੁਹਾਡੇ ਵਰਗਾ ਪੁੱਤਰ ਹੋਵੇ। ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮਾਤਾ ਮੈਂ ਤਾਂ ਇੱਕੋ ਹੀ ਹਾਂ ਸੰਸਾਰ ਦੇ ਵਿੱਚ, ਮੇਰੇ ਵਰਗਾ ਤਾਂ ਨਹੀਂ ਹੋ ਸਕਦਾ, ਇਸ ਕਰਕੇ ਮੈਂ ਤੁਹਾਡਾ ਧਰਮ ਦਾ ਪੁੱਤਰ ਬਣਦਾ ਹਾਂ। ਤੇ ਉਹ ਗੁਰੂ ਗੋਬਿੰਦ ਸਿੰਘ ਜੀ ਉਸ ਰਾਣੀ ਦੇ ਧਰਮ ਦੇ ਪੁੱਤਰ ਬਣ ਗਏ ਸੀ। ਤੇ ਆਹ ਤੁਸੀਂ ਦੇਖ ਸਕਦੇ ਹੋ ਮਹਾਰਾਜ ਦੇ ਬਚਪਨ ਜਿਹੜੇ ਗੁਲੇਲ ਖੇਡਦੇ ਸੀ ਤੇ ਉਹਨਾਂ ਦੇ ਚਰਨਾਂ ਦਾ ਜੋੜਾ ਪਿਆ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਚਿੱਤਰ ਵੀ ਦਰਸ਼ਨ ਕਰ ਸਕਦੇ ਹੋ ਤੁਸੀਂ ਤੇ ਕਟਾਰ ਸ਼ਸਤਰ ਵੀ। ਇੱਧਰ ਵਾਲੀ ਸਾਈਡ ਸਰਾਂ ਬਣੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਸਰਾਵਾਂ ਨੇ, ਰਾਜਾ ਫਤਿਹ ਚੰਦ ਜੀ ਮੈਣੀ ਯਾਤਰੀ ਨਿਵਾਸ ਤੇ ਇੱਕ ਰਾਜਾ ਮਹਾਰਾਜ ਮਾਤਾ ਵਿਸ਼ੰਬਰਾ ਦੇਵੀ ਦੀ, ਤੇ ਤੁਹਾਨੂੰ ਦੋਨੋਂ ਦਿਖਾਉਂਦੇ ਹਾਂ। ਤੇ ਆਹ ਜਿਹੜੀ ਹੈ ਰਾਜਾ ਫਤਿਹ ਚੰਦ ਮੈਣੀ ਯਾਤਰੀ ਨਿਵਾਸ ਹੈ ਤੇ ਜਿਹੜਾ ਇੱਥੇ ਏਸੀ ਦਾ ਕਿਰਾਇਆ ਏਸੀ ਕਮਰੇ ਦਾ ਉਹ ਹੈਗਾ ਜੀ 750 ਰੁਪਏ ਤੇ ਜਿਹੜਾ ਨੌਨ ਏਸੀ ਦਾ ਕਿਰਾਇਆ ਉਹ ਹੈਗਾ ਜੀ 350 ਰੁਪਏ। ਤੇ ਤੁਸੀਂ ਇੱਥੇ ਆ ਕੇ ਰੂਮ ਬੁੱਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ, ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਜਿਹੜੀ ਵੀ ਸੰਗਤ ਆਉਂਦੀ ਹੈ ਪਟਨਾ ਸਾਹਿਬ ਵਿਖੇ ਤੇ ਇੱਥੇ ਉਹ ਰੂਮਸ ਉਹਨਾਂ ਨੂੰ ਈਜ਼ੀਲੀ ਮਿਲ ਜਾਂਦੇ ਨੇ, ਕਿਉਂਕਿ ਇਹਨਾਂ ਕੋਲ ਰਹਿਣ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ।
ਤੇ ਤੁਹਾਨੂੰ ਦੂਜੀ ਸਰਾਂ ਵੀ ਦਿਖਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਰਾਜ ਮਾਤਾ ਵਿਸ਼ੰਬਰਾ ਦੇਵੀ ਜੀ ਯਾਤਰੀ ਨਿਵਾਸ, ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਕਰੌਂਦੇ ਦਾ ਦਰਖਤ ਲੱਗਾ ਹੋਇਆ ਹੈ। ਉਹਦੀ ਵੀ ਮਾਨਤਾ ਹੈ, ਉਹਦਾ ਇਤਿਹਾਸ ਹੈ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦਾਤਣ ਗੱਡ ਦਿੱਤੀ ਸੀ, ਤੇ ਉੱਥੋਂ ਹੀ ਇਹ ਜਿਹੜਾ ਦਰਖਤ ਇੰਨਾ ਵੱਡਾ ਹਰਾ ਭਰਾ ਹੋ ਗਿਆ। ਤੇ ਇੱਥੇ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਦੀ ਔਲਾਦ ਨਹੀਂ ਹੁੰਦੀ ਜਾਂ ਕੋਈ ਜਿਹੜਾ ਇੱਥੇ ਸੁੱਖ ਮੰਗਦਾ ਹੈ ਤੇ ਇਸ ਦਰਖਤ ਦਾ ਫਲ ਛਕਦਾ ਹੈ ਤੇ ਉਹਦੀ ਜਿਹੜੀ ਇੱਛਾ ਹੈ ਉਹ ਪੂਰੀ ਹੁੰਦੀ ਹੈ। ਸਾਰਾ ਇਹ ਗੁਰਦੁਆਰਾ ਸਾਹਿਬ ਤੇ ਸਰਾਂ ਜਿਹੜੀ ਹੈਗੀ ਹੈ, ਇਹ ਦੋਨੇ ਸਰਾਵਾਂ ਮੇਨਟੇਨ ਕੀਤੀਆਂ ਗਈਆਂ ਕਾਰ ਸੇਵਾ। ਜਿਹੜੇ ਭੂਰੀ ਵਾਲੇ ਬਾਬਾ ਜੀ ਹੈਗੇ, ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ, ਜਿਹੜਾ ਇਹਨਾਂ ਦਾ ਹੈੱਡਕੁਆਟਰ ਉਹ ਅੰਮ੍ਰਿਤਸਰ ਹੈ, ਤੇ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਇੱਥੇ, ਪੂਰਾ VIP ਇੱਕ ਤਰ੍ਹਾਂ ਦਾ ਟੱਚ ਦਿੱਤਾ ਹੋਇਆ। ਤੇ ਇੱਥੇ ਆ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੁੰਦੀ। ਜੇ ਤੁਹਾਨੂੰ ਸੱਚਖੰਡ ਸਾਹਿਬ ਵਿਖੇ ਕਮਰੇ ਨਹੀਂ ਮਿਲਦੇ ਤਾਂ ਇੱਥੇ ਤੁਹਾਨੂੰ ਕਮਰੇ ਈਜ਼ਲੀ ਮਿਲ ਜਾਂਦੇ ਹੈਗੇ ਆ, ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੈ। ਤੇ ਸਭ ਸਟਾਫ ਜਿਹੜਾ ਇਹਨਾਂ ਦਾ ਬਹੁਤ ਕੋਆਪਰੇਟਿਵ ਹੈ। ਇੱਥੋਂ ਆ ਜਿਹੜਾ ਰਾਜਾ ਫਤਿਹ ਚੰਦ ਜੀ ਮੈਨੀ ਯਾਤਰੀ ਨਿਵਾਸ ਜਿਹੜਾ ਆਪਾਂ ਉਧਰੋਂ ਦੇਖਿਆ ਸੀਗਾ ਪਹਿਲਾਂ, ਉਹਦੀ ਬੈਕ ਸਾਈਡ ਹੈ। ਆਇਆ ਜੀ ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ ਦਾ ਜਿਹੜਾ ਮਾਡਲ ਹੈ, ਤੇ ਕਾਰ ਸੇਵਾ ਚੱਲ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੱਥੇ ਗੁਰਦੁਆਰਾ ਪਟਨਾ ਸਾਹਿਬ ਆਏ ਹੋਏ ਆ ਤੇ ਦਰਸ਼ਨ ਕਰਦੇ ਹੋਏ ਸੰਗਤ ਨਾਲ ਮੇਲ ਹੋਇਆ, ਜੋ ਕਿ ਫੋਰਨ ਤੋਂ ਆਏ ਹੋਏ ਆ, ਅਲੱਗ ਅਲੱਗ ਕੰਟਰੀਆਂ ਤੋਂ ਆਏ ਹੋਏ ਆ। ਤੇ ਮੇਨ ਜਿਹੜੀ ਗੱਲ ਹੈ, ਇਹ ਇੱਥੇ ਅੰਮ੍ਰਿਤ ਸੰਚਾਰ ਕਰਾਉਣ ਆਏ ਆ, ਤਾਂ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ। ਤੇ ਆਪਾਂ ਇਹਨਾਂ ਦੇ ਵਿਊ ਜਾਣਦੇ ਆ, ਕਦੋਂ ਤੋਂ ਆ ਰਹੇ ਆ, ਕੀ ਇਹਨਾਂ ਦਾ ਪ੍ਰੋਜੈਕਟ ਹੈ। ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਬੜੀ ਅਪਾਰ ਕਿਰਪਾ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੇ ਜਨਮ ਸਥਾਨ ਤੋਂ ਥੋੜ੍ਹਾ ਜਿਹਾ ਨਾਲ ਹੀ ਬਾਲ ਲੀਲਾ ਗੁਰੂ ਘਰ ਦੇ ਵਿੱਚ ਅਸੀਂ ਖੜ੍ਹੇ ਹਾਂ। ਗੁਰੂ ਪਿਆਰਿਓ, ਅਸੀਂ ਇੰਗਲੈਂਡ ਤੋਂ, ਵਿਦੇਸ਼ਾਂ ਤੋਂ ਸਾਰੀ ਸੰਗਤ ਜਿਹੜੀ ਸਾਡੇ ਨਾਲ, 1150 ਪਰਿਵਾਰ ਹੈ, ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੁੜੇ ਹੋਏ ਹਾਂ। ਤੇਰਾ ਏਕ ਨਾਮ ਤਾਰੇ ਸੰਸਾਰ, ਇਸ ਚੈਨਲ ਦੇ ਨਾਮ 'ਤੇ, ਟੈਲੀਗ੍ਰਾਮ 'ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ 40 ਸਿੰਘ ਜਿਹੜੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ, 35-40 ਸਿੰਘ ਜਿਹੜੇ ਅੰਮ੍ਰਿਤ ਸੰਚਾਰ ਵਾਸਤੇ ਸਾਡੇ ਨਾਲ ਤਿਆਰ ਹੋਏ ਹਨ। ਇਸ ਸਾਲ ਦੇ ਵਿੱਚ ਪਹਿਲਾਂ ਅੰਮ੍ਰਿਤ ਸੰਚਾਰ ਅਪ੍ਰੈਲ ਵਿੱਚ ਹੋਇਆ ਸੀ ਕਨੇਡਾ ਦੇ ਵਿੱਚ, ਅਤੇ ਹੁਣ ਇੱਥੇ ਗੁਰਸਰ ਕੋਂਕਣ ਨਾਨਕ ਸਰ ਗੁਰੂ ਘਰ ਦੇ ਕੋਲ ਕੋਈ 15 ਮਿੰਟ ਦਾ ਪੈਦਲ ਵਾਕ ਹੈ, ਉੱਥੇ ਹੋਣਾ ਹੈ ਗੁਰੂ ਪਿਆਰਿਓ ਸਾਧ ਸੰਗਤ ਜੀ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਅਚਾਨਕ ਇਹਨਾਂ ਗੁਰਮੁਖਾਂ ਨਾਲ, ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹੋਰਾਂ ਦੇ ਨਾਲ ਸਾਡਾ ਮੇਲ ਹੋਇਆ, ਗੁਰੂ ਮਹਾਰਾਜ ਜੀ ਨੇ ਆਪ ਮਿਲਾਇਆ। ਵਿਛੜਿਆ ਮੇਲੇ ਪ੍ਰਭੂ ਹਰ ਦਰਜੇ ਕਾ ਬਸੀਠ, ਹਰ ਨਾਮੋ ਮੰਤਰ ਦੜਾਇੰਦਾ ਕੱਟੇ ਹੋਵੇ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸੰਜੋਗ ਵਜੋਗ ਤੁਰੇ ਹੋਇਆ, ਇਸ ਤਰ੍ਹਾਂ ਸਾਡਾ ਸੰਜੋਗ ਬਣਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਗੁਰਮੁਖਾਂ ਦਾ ਜਿਨ੍ਹਾਂ ਨੇ ਸੰਗਤ ਨਾਲ ਸਾਡਾ ਮਿਲਾਪ ਕਰਾਇਆ। ਸਾਰਾ ਸੰਸਾਰ ਹੀ ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਹਾਂ, ਸਾਰੇ ਹੀ ਪਰਮਾਤਮਾ ਦੇ ਬੱਚੇ ਹਾਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਤੋ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਪ੍ਰੇਮ ਦਾ ਰਸਤਾ ਮਾਰਗ ਦੱਸਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫੁੱਲਾਂ ਚੁੱਕਾਂ ਦੀ ਚਿਮਾ। ਹਾਂਜੀ, ਹੁਣ ਅਸੀਂ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ, ਤੁਹਾਨੂੰ ਵੀ ਅਸੀਂ ਦਰਸ਼ਨ ਕਰਾਨੇ ਆ। ਹੁਣ ਅਸੀਂ ਦੇਖਦੇ ਹਾਂ ਜੀ ਇੱਥੋਂ ਪੈਦਲ ਜਾਈਏ ਕਿ ਆਟੋ ਲਈਏ, ਕਿਉਂਕਿ ਇੱਥੋਂ ਬਾਲ ਲੀਲਾ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਤੇ ਹੀ ਹੈ, 1 ਕਿਲੋਮੀਟਰ ਤੇ ਜਿਹੜਾ ਤਖਤ ਸ੍ਰੀ ਪਟਨਾ ਸਾਹਿਬ ਹੈ। ਤੇ ਦੇਖਦੇ ਹਾਂ ਆਟੋ ਕਰਨਾ ਕਿ ਪੈਦਲ ਜਾਂਦੇ ਹਾਂ, ਆਪਾਂ ਬਾਹਰ ਜਾ ਕੇ ਦੇਖਦੇ ਹਾਂ।